ਸੱਚੀ ਗੱਲ ਜੀ ਸਾਰੇ ਕਿਸਾਨ ਵੀਰਾਂ ਨੂੰ YouTube Farmer ਚੈਨਲ ਤੇ ਤੁਹਾਡਾ ਸਭ ਦਾ ਵੈਲਕਮ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਮੌਸਮ ਦੀ ਤਾਜ਼ਾ ਅਪਡੇਟ ਪੰਜਾਬ ਸਬੰਧਤ ਲੈ ਕੇ ਹਾਜ਼ਰ ਹਾਂ ਕਿਸਾਨ ਵੀਰਾਂ ਲਈ ਕਿਉਂਕਿ ਇਸ ਵੇਲੇ ਝੋਨੇ ਦੀਆਂ ਫਸਲਾਂ ਪੱਕਣ ਦੀ ਸਥਿਤੀ ਵਿੱਚ ਆ ਚੁੱਕੀਆਂ ਹਨ ਕਈ ਨਸਾਰਾ ਆਰੰਭ ਚੱਲ ਰਿਹਾ ਤੇ ਅਗੇਤੀਆਂ ਕਿਸਮਾਂ ਬਾਡੀ ਦੇ ਕਰੀਬ ਆ ਚੁੱਕੀਆਂ ਨੇ ਸੋ ਜਿਹੇ ਵਿੱਚ ਮੌਸਮ ਜਾਣਕਾਰੀ ਕਿਸਾਨਾਂ ਲਈ ਕਾਫੀ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ ਅਜਿਹੇ ਵਿੱਚ ਕਿਸਾਨ ਖਾਸ ਕਰਕੇ ਹੀ ਉਮੀਦ ਰੱਖਦੇ ਨੇ ਕਿ ਮੌਸਮ ਸਾਫ਼ ਅਤੇ ਖੁਸ਼ਕ ਰਹੇ ਤੇ ਪੱਛਮੀ ਹਵਾਵਾਂ ਵਗਦੀਆਂ ਰਹਿਣ ਤਾਂ ਜੋ ਫਸਲਾਂ ਬਿਮਾਰੀ ਮੁਕਤ ਬਣੀਆਂ ਰਹਿਣ ਤੇ ਗੱਲ ਕਰਾਂਗੇ ਕਿ ਅੱਜ ਆਪਾਂ 17 ਤੋਂ ਲੈ ਕੇ 20 ਸਤੰਬਰ ਕਿ ਇਹਨਾਂ ਤਿੰਨ ਚਾਰ ਦਿਨਾਂ ਦੌਰਾਨ ਪੰਜਾਬ ਮੌਸਮ ਵਿੱਚ ਕੀ ਕੀ ਕੋਈ ਗਤੀਵਿਧੀ ਹੋਣ ਦੇ आसार ਹਨ ਜਾਂ ਨਹੀਂ ਪਾਜੀਕਰ ਕਰੀਏ 17 ਤੋਂ 16 ਤਰੀਕ ਨੂੰ ਵੀ ਲਗਭਗ ਆਪਾਂ ਨੂੰ ਜ਼ਿਆਦਾਤਰ ਮੌਸਮ ਸਾਫ਼ ਦੇਖਣ ਨੂੰ ਮਿਲੇਗਾ ਤੇ 17 ਤੋਂ ਸ਼ੁਰੂਆਤ ਕਰਦੇ ਆ ਤਾਂ 17 ਨੂੰ ਬੱਦਲਬਾਈ ਜਾਂ ਹਲਕੇ ਤੋਂ ਦਰਮਿਆਨੇ ਰੂਪ ਤੱਕ ਪੱਛਮੀ ਤੇ ਦੱਖਣੀ ਪਾਸਿਓਂ ਪੰਜਾਬ ਵਿੱਚ ਐਂਟਰ ਹੁੰਦੀ ਰਹੇਗੀ ਜਿਸ ਦੇ ਕਾਰਨ ਧੁੱਪ ਅਤੇ ਬੱਦਲਾਂ ਦੀ ਜਿਹੜੀ ਗਤੀਵਿਧੀਆਂ ਨੇ ਉਹ ਚੱਲਦੀਆਂ ਰਹਿਣਗੀਆਂ ਹਵਾਵਾਂ ਵੀ ਲਗਭਗ ਜ਼ਿਆਦਾਤਰ ਇਹ ਸਾਰ ਨੇ ਕਿ ਪੱਛਮੀ ਦਿਸ਼ਾ ਤੋਂ ਚੱਲਣਗੀਆਂ ਪਰ ਰਾਤ ਅਤੇ ਸਵੇਰ ਦੇ ਸਮੇਂ ਪੂਰਬੀ ਦਿਸ਼ਾ ਤੋਂ ਹਲਕੀਆਂ ਹਵਾਵਾਂ ਹੋਣ ਦੇ ਕਾਰਨ ਨਮੀ ਦੀ ਮਾਤਰਾ ਪੰਜਾਬ ਵਿੱਚ ਵਧ ਰਹੀ ਹੈ ਜਿਸ ਦੇ ਕਾਰਨ ਹਮਸਵਾਲੀ ਸਥਿਤੀ ਪੈਦਾ ਹੋ ਰਹੀ ਹੈ ਸੋ ਜੇਹੀ ਸਥਿਤੀ ਦੇ ਵਿੱਚ ਝੋਨੇ ਦੀਆਂ ਫਸਲਾਂ ਵਿੱਚ ਹਲਦੀ ਡੋਡੀ ਰੋਗ ਪੈਣ ਦੇ ਅਸਰ ਵਧ ਜਾਂਦੇ ਨੇ ਸੋ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪਾਣੀ ਜਿਆਦਾ ਭਰ ਕੇ ਨਾ ਫਸਲਾਂ ਵਿੱਚ ਰੱਖਿਆ ਜਾਵੇ ਕਿਉਂਕਿ ਇਸ ਵੇਲੇ ਮੌਸਮ ਕੋਈ ਜਿਆਦਾ ਵਧੀਆ ਨਹੀਂ ਹਨ ਹਮਸਾ ਕਾਫੀ ਸਥਿਤੀ ਹੈ ਕਿਉਂਕਿ ਨਮੀ ਵਾਤਾਵਰਣ ਦੇ ਵਿੱਚ ਕਾਫੀ ਜਿਆਦਾ ਵਧੀ ਹੋਈ ਹੈ ਤੇ ਇਸ ਦੇ ਨਾਲ ਹੀ ਅਗਲੇ ਦਿਨਾਂ ਦੀ ਜੇ ਗੱਲ ਕਰੀ ਤਾਂ 18 ਤੇ 19 ਸਤੰਬਰ ਨੂੰ ਵੀ ਮੌਸਮ ਪੰਜਾਬ ਦਾ ਜ਼ਿਆਦਾਤਰ ਆਪਾਂ ਨੂੰ ਖੁਸ਼ਕ ਰਹਿਣ ਦੇ आसार ਨੇ ਇਹਨਾਂ ਦਿਨਾਂ ਦੌਰਾਨ ਇੱਕ ਦੋ ਭਾਗਾਂ ਵਿੱਚ ਆਪਾਂ ਨੂੰ ਹੋ ਸਕਦਾ ਹੈ ਕਿ ਅਚਾਨਕ ਹੀ ਕੁਝ ਭਾਗਾਂ ਵਿੱਚ ਹਲਕੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਬੱਦਲਾਂ ਦਾ ਢਹਾਗ ਮਨੋਂ ਪੰਜਾਬ ਵਿੱਚ ਜਾਰੀ ਰਹੇਗਾ ਆਵਾਜਾਈ ਜਾਰੀ ਰਹੇਗੀ ਸੋ ਜਿਸ ਦੇ ਕਾਂ ਜਾਂਦੇ ਜਾਂਦੇ ਬੱਦਲ ਪੰਜਾਬ ਦੇ ਇੱਕ ਦੋ ਭਾਗਾਂ ਵਿੱਚ ਹਲਕੀ ਬਰਸਾਤ ਦੇ ਸਕਦੇ ਨੇ ਤੇ ਇਸ ਤੋਂ ਬਿਨਾਂ ਜੇਕਰ ਅਗਲੇ ਦਿਨ ਦੀ ਗੱਲ ਕਰੀ ਤਾਂ 20 ਤਰੀਕ ਨੂੰ ਲਗਭਗ 19 ਦੀ ਸ਼ਾਮ ਤੋਂ ਲੈ ਕੇ 20 ਸਤੰਬਰ ਦੇ ਦਰਮਿਆਨ ਪੰਜਾਬ ਦੇ ਇੱਕ ਦੋ ਭਾਗਾਂ ਵਿੱਚ ਆਪਾਂ ਨੂੰ ਮੌਸਮ ਥੋੜਾ ਜਿਆਦਾ ਵੱਡੇ ਪੱਧਰ ਉੱਪਰ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਜੋ ਜਿਸ ਦੇ ਕਾਰਨ ਇਹ ਵੀ ਚਾਂਸ ਬਣ ਸਕਦੇ ਨੇ ਕਿ ਪੰਜਾਬ ਦੇ ਕਈ ਭਾਗਾਂ ਵਿੱਚ ਆਪਾਂ ਨੂੰ ਹਲਕੀ ਬਰਸਾਤ 19 ਦੀ ਸ਼ਾਮ ਤੋਂ ਲੈ ਕੇ ਰਾਤ ਜਾਂ ਫਿਰ 20 ਸਤੰਬਰ ਤੱਕ ਦੇਖਣ ਨੂੰ ਮਿਲ ਸਕਦੀ ਹੈ ਪਰ ਉਸ ਦੇ ਵੀ ਕੋਈ ਅਸਰ ਜ਼ਿਆਦਾ ਨਹੀਂ ਹਨ ਲਗਭਗ 70 ਤੋਂ 80% ਮੌਸਮ ਸਾਫ਼ ਰਹਿਣਗੇ 10 ਤੋਂ 20% ਇਲਾਕੇ ਅਜਿਹੇ ਰਹਿਣਗੇ ਜਿਨ੍ਹਾਂ ਵਿੱਚ ਬੱਦਲੀ ਗਤੀਵਿਧੀਆਂ ਹੋ ਕੇ ਇੱਕ ਦੋ ਭਾਗਾਂ ਵਿੱਚ ਹਲਕੀ ਬਰਸਾਤ ਹੋ ਸਕਦੀ ਹੈ ਉਸ ਤੋਂ ਬਿਨਾਂ ਜ਼ਿਆਦਾਤਰ ਮੌਸਮ ਸਾਫ਼ ਹੀ ਬਣਿਆ ਰਹੇਗਾ